ਬਟਾਲਾ ਨੇੜੇ ਪਿੰਡ ਦਬਾਵਲੀ ਵਿੱਚ ਦੋ ਪਾਠੀ ਸਿੰਘਾਂ ਵੱਲੋਂ ਕਿਸੇ ਦੇ ਘਰ 'ਚ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਸਮੇਂ ਅਤੇ ਡਿਊਟੀ ਕਰਨ ਦੀ ਤਕਰਾਰ ਇੰਨੀ ਵਧੀ ਕਿ ਇੱਕ ਪਾਠੀ ਸਿੰਘ ਨੇ ਆਪਣੇ ਸਾਥੀ ਪਾਠੀ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਉਸਦਾ ਕਤਲ ਕਰ ਦਿੱਤਾ। ਉਧਰ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਬਟਾਲਾ ਹਸਪਤਾਲ 'ਚ ਕਰਵਾਇਆ ਜਾ ਰਿਹਾ ਅਤੇ ਕਤਲ ਦਾ ਮਾਮਲਾ ਦਰਜ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਲਈ ਭਾਰਤ। ਭਾਅ ਜੀ ਕਹਿਣਾ ਉਹੀ ਚਾਹਾਂਗੇ ਜੀ, ਸਾਡੇ ਫੁੱਫੜ ਜੀ ਨੇ, ਇਹਨਾਂ ਦੇ ਡੈਡੀ ਜੀ ਨੇ, ਅਤੇ ਇੱਥੇ ਲੜੀਵਾਲ ਪਾਠ ਚੱਲਦਾ ਪਿਆ ਸੀ ਦਾਬਾਂ ਵਾਲੀ, ਅਤੇ ਡਿਊਟੀ 'ਤੇ ਇੱਥੋਂ 15 ਦਿਨ ਹੋ ਗਏ ਜੀ ਇੱਥੇ ਰਹਿ ਰਹੇ ਨੇ, ਅਤੇ ਡਿਊਟੀ 'ਤੇ ਥੋੜ੍ਹੀ ਬਹੁਤੀ ਵਿਆਹ ਸਦਾਈ ਹੋਈ ਹੈ ਇੱਕ ਗ੍ਰੰਥ ਸਿੰਘ ਨਾਲ, ਬੰਟੀ ਇੱਥੋਂ ਦਾ ਰਹਿਣ ਵਾਲਾ ਨਾਲ ਹੀ ਡੇਰਾ ਜੀ ਉਹਨਾਂ ਦਾ, ਅਤੇ ਵਿਆਹ ਸਦਾਈ ਹੋਈ ਉਹਨਾਂ ਦੀ, ਅਤੇ ਆਹ ਡਿਊਟੀ 'ਤੇ ਆਉਂਦੇ ਆ ਉਹਨਾਂ ਦੀ ਹਵੇਲੀ 'ਚੋਂ ਨਿਕਲ ਕੇ, ਅਤੇ ਰੋਡ 'ਤੇ ਆਏ ਨੇ, ਅਤੇ ਉਹਨੇ ਤੇਜ਼ਧਾਰ ਹਥਿਆਰਾਂ ਨਾਲ ਇਹਨਾਂ ਦਾ ਮਗਰੋਂ ਕਤਲ ਕਰ ਦਿੱਤਾ ਜੀ। ਤੁਸੀਂ ਹੁਣ ਕੀ ਚਾਹੁੰਦੇ ਜੇ? ਅਸੀਂ ਆਹੀ ਚਾਹੁੰਦੇ ਜੀ ਹਾਂਡੀ ਅਤੇ ਬਣਦੀ ਕਾਰਵਾਈ ਕਰੇ, ਤੁਹਾਨੂੰ ਇਨਸਾਫ ਚਾਹੀਦਾ। ਅੱਜ ਸੁਬਹਾ ਪਿੰਡ ਦਾਬਾਂ ਵਾਲੀ ਕਲਾਂ ਦੇ ਸਰਪੰਚ ਵੱਲੋਂ ਫੋਨ 'ਤੇ ਇਤਲਾਹ ਦਿੱਤੀ ਗਈ ਕਿ ਉਹਨਾਂ ਦੇ ਪਿੰਡ ਦੇ ਡੇਰੇ ਅਵਤਾਰ ਸਿੰਘ ਦੇ, ਜਿਨ੍ਹਾਂ ਦੇ ਘਰ ਅਖੰਡ ਪਾਠ ਸਾਹਿਬ ਲੜੀਵਾਰ ਚੱਲ ਰਿਹਾ ਸੀਗਾ, ਉੱਥੇ ਸ਼ਮੀਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਦਲੇਲਪੁਰ, ਉਹ ਵੀ ਗ੍ਰੰਥੀ ਸਿੰਘ ਦੀ ਡਿਊਟੀ ਨਿਭਾ ਰਿਹਾ ਸੀ, ਅਤੇ ਦੂਸਰਾ ਲਖਵੀਰ ਸਿੰਘ ਵਾਸੀ ਦਾਬਾ ਵਾਲੀ ਕਲਾਂ। ਇਹਨਾਂ ਦਰਮਿਆਨ ਡਿਊਟੀ ਜਾਂ ਸਮੇਂ ਦੀ ਜਿਹੜੀ ਆਪਸ 'ਚ ਬਹਿਸਬਾਜ਼ੀ ਤੋਂ ਬਾਅਦ ਲਖਵੀਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਕਸ਼ਮੀਰ ਸਿੰਘ ਦਾ ਕਤਲ ਕਰ ਦਿੱਤਾ। ਇਤਲਾਹ ਮਿਲਣ 'ਤੇ ਮੌਕੇ 'ਤੇ ਆਏ ਹਾਂ, ਪੁਲਿਸ ਪਾਰਟੀ ਨਾਲ ਬਣਦੀ ਕਾਰਵਾਈ ਕੀਤੀ ਜਾ। ਦੋਸ਼ੀ ਨੇ ਕਿਸ ਹਥਿਆਰਾਂ ਨਾਲ ਜਿਹੜਾ ਇਹ ਕਤਲ ਕੀਤਾ ਜੀ? ਤੇਜ਼ਧਾਰ ਹਥਿਆਰ ਨਾਲ ਕਤਲ।